संयुक्त किसान मोर्चे के आह्वान पर हरियाणा राज्यपाल के समक्ष 3 दिन के 72 घंटों के महापड़ाव की तैयारी पूरी हो चुकी है। आज सिरसा जिले के नेशनल हाईवे नंबर भावदीन टोल प्लाजा पर संयुक्त किसान मोर्चा सिरसा की मीटिंग हुई, जिसमें सभी किसान मजदूर कर्मचारी संगठनों ने भाग लिया। पंचकुला सेक्टर के 5 यूनिक पार्क के पास 72 घंटे का महापड़ाव किसानों मजदूरों की सभी मांगों को लेकर लगाया जाएगा। सभी फसलों के समर्थन पर मूल्य गारंटी कानून बनाना, बिजली बिल 2020 को रद्द करवाना, सभी तरह के कर्जे से मुक्ति, लखीमपुर खीरी किसानों के कातिल अजय मिश्रा केंद्रीय गृह राज्य मंत्री की पद से बर्खास्ती एवं अन्य स्थानीय मुद्दों के लिए संघर्ष की रूपरेखा तैयार की जाएगी। 27 नवंबर को श्री गुरु नानक देव जी के गुरु प्रकाश पूर्व पर वही पड़ाव पर मनाया जाएगा। सिरसा से भारी संख्या में लोग ट्रैक्टर ट्रॉलियों एवं अन्य साधनों से पंचकुला सेक्टर 9-5 में पहुंचेंगे। संयुक्त किसान मोर्चा की आज भावदीन पर मीटिंग हुई और क्या क्या अहम फैसले रखे, बातचीत करते हैं और जानते हैं किसानों की रूपरेखा। मेरा नाम कामरेड मुंशी राम जी, पिंड मेरा भावदी, इतने लागे टाणी ते रहने हैं। अज असी इस मुद्दे ते कट्ठे होए हैं कि साडा 26, 27 ते 28 का प्रोग्राम जिहड़ा चंडीगढ़ प्रोग्राम है उहदे वास्ते असी जिहड़ा है कट्ठे होके जावांगे। तो इत्थों असी 26 नूं चलांगे ते उस तों बाद जिहड़ा है ट्रैक्टर ट्रालियां ते जिहड़ा हुम आ के जावांगे। आपदा जिन्ना भी साडा राशन पानी होया असी नाल लै के जावांगे ते उत्थे जा के असी गवर्नर दा जिहड़ा है ना ਉਹ ਘਿਰਾਵ ਕਰਨਾ ਹੈ ਅਤੇ 26 ਤੋਂ ਬਾਅਦ ਅਸੀਂ 28 ਨੂੰ ਵਾਪਸ ਮੁੜਾਂਗੇ। ਠੀਕ ਹੈ ਜੀ। ਸਭ ਤੋਂ ਪਹਿਲੇ ਤਾਂ ਇਹ ਹੈ ਜੀ, ਸਾਡੀਆਂ ਜਿਹੜੀਆਂ ਮੰਗਾਂ ਦਿੱਲੀ ਦੇ ਵਿੱਚ ਸਨ ਉਹ ਕੋਈ ਵੀ ਇੱਕ ਵੀ ਨਹੀਂ ਇਹਨਾਂ ਨੇ ਪਾਸ ਕੀਤੀ ਅਤੇ ਨਾ ਸਾਡਾ ਕੋਈ ਉਹਦੇ 'ਚ ਕੋਈ ਫਾਇਦਾ ਕੀਤਾ ਹੈ। ਦੂਸਰੀ ਮੰਗ ਸਾਡੀ MSP 'ਤੇ ਵੀ ਹੈ, ਪਰ ਹੋਰ ਵੀ ਬਥੇਰਾ ਸਾਡੇ ਮੁਆਵਜ਼ੇ ਬਾਰੇ, ਜਿੰਨਾ ਫਸਲਾਂ ਡੁੱਬੀਆਂ ਨੇ ਇਸ ਇਲਾਕੇ 'ਚ, ਰਤੀਆ ਇਲਾਕੇ 'ਚ ਕੀ ਫਤਿਹਬਾਦ ਇਲਾਕੇ 'ਚ ਕੀ ਉਦੋਂ ਨਾਲੀ, ਜਿੱਥੇ ਵੀ ਨਾਲੀ ਬੈਲਟ ਪੈਂਦਾ ਹੈ ਉਹਨਾਂ ਨੂੰ ਪੂਰਾ ਮੁਆਵਜ਼ਾ ਦਿੱਤਾ ਜਾਵੇ। ਨਰਮੇ ਖਰਾਬ ਹੋਏ ਨੇ, ਨਰਮੇ ਦਾ ਪੂਰਾ ਮੁਆਵਜ਼ਾ ਦਿੱਤਾ ਜਾਏ, ਇਹ ਸਾਡੀਆਂ ਮੰਗਾਂ ਨੇ। ਔਰ ਅਸੀਂ ਸਰਕਾਰ ਤੋਂ ਪੁਰਜ਼ੋਰ ਤੇ ਮੰਗ ਕਰਦੇ ਹਾਂ ਕਿ ਉਹ ਸਾਡੀਆਂ ਮੰਗਾਂ ਪੂਰਨ ਜਲਦੀ ਦਿੱਤੀਆਂ ਜਾ ਸਕਣ। ਮੇਰਾ ਨਾਮ ਡਾਕਟਰ ਸੁਖਦੇਵ ਸਿੰਘ, ਜੰਮੂ, ਅਖਿਲ ਭਾਰਤੀ ਕਿਸਾਨ ਸਭਾ AIKS 36 ਅਜੇ ਭਵਨ। ਅੱਜ ਅਸੀਂ ਸੰਯੁਕਤ ਮੋਰਚਾ ਦੇ ਜੋ ਪ੍ਰੋਗਰਾਮ ਬਣੇ ਨੇ, ਪਿਛਲੇ 3 ਮਹੀਨਾ ਤਿਆਰੀਆਂ ਚੱਲ ਰਹੀਆਂ ਨੇ, ਅੱਜ ਸਰਸੇ ਜ਼ਿਲ੍ਹੇ ਦੀ ਜਿਹੜੀ ਅਸੀਂ ਨਾਲੀ ਤੋਂ ਇੱਧਰ ਵਾਲੇ ਹਿੱਸੇ ਦੀ ਜਿਹੜੀ ਮੀਟਿੰਗ ਹੈ ਉਹ ਅੱਜ ਅਸੀਂ ਬੌਧੀ ਟੋਲ 'ਤੇ ਕੀਤੀ ਹੈ। ਲਗਭਗ ਦਰਜਨ ਪਿੰਡਾਂ ਦੇ ਕਿਸਾਨ ਇੱਥੇ ਇਕੱਠੇ ਹੋਏ ਨੇ, ਪਰ ਉਹਨਾਂ ਨੇ ਮਿਲ ਕੇ ਪ੍ਰੋਗਰਾਮ ਬਣਾਇਆ ਹੈ ਕਿ 26, 27, 28 ਜਿਹੜਾ ਅਸੀਂ ਪੰਚਕੂਲਾ ਸੈਕਟਰ 5 ਵਿੱਚ ਹਰਿਆਣੇ ਦੇ ਗਵਰਨਰ ਦਾ ਘਿਰਾਓ ਕਰਨਾ ਹੈ। ਉੱਥੇ ਮਹਾਂਪੜਾਵ ਜਿਹੜਾ ਹੈ 72 ਘੰਟੇ ਦਾ, ਉਹਦੀ ਤਿਆਰੀ ਵਾਸਤੇ ਟਰੈਕਟਰ ਟਰਾਲੀਆਂ ਕਾਰਾਂ ਜੀਪਾਂ ਦੀ ਤਿਆਰੀ ਕੀਤੀ ਹੈ ਔਰ ਆਪਦਾ ਲੰਗਰ ਰਹਿਣ ਸਹਿਣ ਦਾ ਸਾਰਾ ਬੰਦੋਬਸਤ ਲੈ ਕੇ ਅਸੀਂ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚਾਂਗੇ। ਔਰ ਸਾਰੇ ਇਲਾਕਿਆਂ ਨਾਲ ਸਾਨੂੰ ਬੇਨਤੀ ਹੈ ਕਿ ਤੁਸੀਂ ਵੀ ਆਪਣੇ ਆਪਣੇ ਤਰੀਕੇ ਨਾਲ ਆਪਦੀਆਂ ਟਰੈਕਟਰ ਟਰਾਲੀਆਂ ਲੈ ਕੇ, ਆਪਦੀਆਂ ਕਾਰਾਂ ਜੀਪਾਂ ਲੈ ਕੇ ਜਾਂ ਬੱਸਾਂ ਰਾਹੀਂ ਜਿਵੇਂ ਵੀ ਸੰਭਵ ਹੋਵੇ ਸਾਰੇ ਹੁਮਾ ਕੇ ਚੰਡੀਗੜ੍ਹ ਦੇ ਲਾਗੇ ਪੰਚਕੂਲਾ ਸੈਕਟਰ 5 ਉੱਥੇ ਆਪਾਂ ਪਹੁੰਚਣਾ ਹੈ। ਔਰ 26, 27 ਤੇ 28 ਤਰੀਕ ਤੱਕ 3 ਦਿਨ ਦਾ ਘਿਰਾਵ ਹੈ ਗਵਰਨਰ ਦਾ, ਔਰ ਜਿਹੜਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਿਹੜੇ ਪ੍ਰਕਾਸ਼ ਦਿਹਾੜੇ ਨੇ ਉਹ ਵੀ ਆਪਾਂ 27 ਤਰੀਕ ਨੂੰ ਉੱਥੇ ਸਟੇਜ 'ਤੇ ਮਨਾਵਾਂਗੇ ਬੜੇ ਜਲਾਓ ਦੇ ਨਾਲ, ਔਰ ਨਾਲ ਹੀ ਆਪਣੀ ਸਰਕਾਰ ਨੂੰ ਮੰਗਾਂ ਬਣਾ ਕੇ ਆਵਾਂਗੇ। ਆਪ ਜੀ ਦਾ ਬਹੁਤ ਬਹੁਤ ਧੰਨਵਾਦ, ਸਭ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਗਿਣਤੀ ਵਿੱਚ ਉੱਥੇ ਪਹੁੰਚਣ ਦੀ ਕਿਰਪਾਲਤਾ ਕਰੋ। ਪੰਚਕੂਲਾ ਸੈਕਟਰ 5 ਯਮਨਿਕਾ ਪਾਰਕ ਦੇ ਕੋਲ 26, 27 ਤੇ 28 ਨਵੰਬਰ ਨੂੰ ਮਹਾਂਪੜਾਵ ਦੇ ਚਾਪੀ ਹਾਜ਼ਰੀ ਲਵਾਓ। ਧੰਨਵਾਦ ਜੀ। ਮੇਰਾ ਨਾਮ ਹੈ ਜੀ ਗੁਰੂ ਨਾਨਕ ਦੇਵ ਕੰਬੋਜ, ਅਖਿਲ ਭਾਰਤੀ ਕਿਸਾਨ ਸਭਾ ਜ਼ਿਲ੍ਹਾ ਦੇ ਪ੍ਰਧਾਨ। ਸਾਡੀ ਜਿਹੜੀ ਸੰਯੁਕਤ ਮੋਰਚੇ ਦੀ ਜਿਹੜੀ ਕਾਲ ਸੀਗੀ ਉਹਨੂੰ ਮੁੱਖ ਰੱਖਦੇ ਹੋਏ ਅਸੀਂ ਇੱਥੇ ਟੂਲ ਪਲਾਜ਼ੇ ਤੇ ਇਕੱਠੇ ਹੋਏ ਹਾਂ। ਅਸੀਂ ਟਰੈਕਟਰ ਤੇ ਟਰਾਲੀਆਂ ਤੇ ਕਾਰਾਂ ਲੈ ਕੇ ਵੱਧ ਤੋਂ ਵੱਧ ਅਸੀਂ ਉੱਥੇ ਜਾ ਕੇ ਜਿਹੜਾ ਪੰਚਕੂਲਾ ਘਿਰਾਵ ਕਰਨਾ ਉਹ ਇਹ ਸਰਕਾਰ ਨੂੰ ਅਸੀਂ ਦੱਸ ਦੇਣਾ ਵੀ ਇਹ ਸੁੱਤੇ ਨਹੀਂ ਹੈ, ਅਸੀਂ ਹਾਂ, ਅਸੀਂ ਜਾਗਦੇ ਪਏ ਹਾਂ ਅਤੇ ਅਸੀਂ ਉਹਨਾਂ ਦਾ ਇਹ ਹਾਲਾਤ ਕਰਦੇ ਹਾਂ ਜਿਹੜਾ ਪੁਸ਼ਟ ਕੀਤਾ ਉਸ ਤੋਂ ਪਹਿਲੇ ਉਸ ਤੋਂ ਵੱਧ ਤੋਂ ਵੱਧ ਅਤੇ ਸਾਡੀ ਜਿੰਨੀਆਂ ਟਰਾਲੀਆਂ ਨੇ ਅਸੀਂ ਆਪਦੇ ਵਿੱਚ ਜਿਹੜਾ ਟਰਾਲੀਆਂ ਦੇ ਵਿੱਚ ਜਿੰਨਾ ਦੇ ਜਿੰਨਾ ਸਾਡਾ ਸਮਾਨ ਹੈ ਖਾਣ ਪੀਣ ਦਾ, ਚਾਵਲ, ਆਟਾ, ਦਾਲ, ਚੀਨੀ, ਚਾਹ, ਪੱਤੀ, ਲੰਗਰ ਦਾ ਪੂਰਾ ਸਮਾਨ ਅਸੀਂ ਨਾਲ ਲੈ ਕੇ ਜਾਵਾਂਗੇ ਤਾਂ ਕਿ ਸਾਨੂੰ ਉੱਥੇ ਕਿਸੇ ਚੀਜ਼ ਦੀ ਜ਼ਰੂਰਤ ਨਾ ਪਵੇ। ਅਸੀਂ ਸਾਨੂੰ ਹੋ ਸਕਦਾ 3 ਦਿਨ ਦੀ ਬਜਾਏ ਹੋ ਸਕਦਾ ਕਿ ਸਾਡੀ ਸੰਯੁਕਤ ਮੋਰਚਾ ਜਿਹੜੀ ਕਾਲ ਹੈ ਉਹ ਉੱਥੇ ਜਾ ਕੇ ਸਾਡੀ ਕਮੇਟੀ, ਇਹ ਹੋ ਸਕਦਾ ਕਿ ਸਾਨੂੰ ਉੱਥੇ ਪੂਰਾ ਹੀ ਉੱਥੇ ਰਹਿਣਾ ਰੁਕਣਾ ਪੈ ਜਾਵੇ। ਇਸ ਕਰਕੇ ਅਸੀਂ ਸਾਰਾ ਆਪਦਾ ਪੂਰਾ ਇੰਤਜ਼ਾਮ ਕਰਕੇ ਜਾਵਾਂਗੇ ਜਿਵੇਂ ਪਹਿਲੇ ਗਏ।